ਸੂਈ ਪਾਕਿਸਤਾਨ ਵਾਪਦਾ ਨੌਜਵਾਨ ਸਾਡੇ ਨੌਜਵਾਨ ਆਫੀਸਰ ਉਹਨਾਂ ਨਾਲ ਮੁਹੱਬਤਾਂ ਕੀਤੀਆਂ ਔਰ ਉਸ ਟੀਮ ਨੇ ਫਾਈਨਲ ਮੈਚ ਤੱਕ ਬਹੁਤ ਤਗੜਾ ਪਰਫਾਰਮ ਕੀਤਾ ਸੀ ਪਰ ਹਾਰ ਜਿੱਤ ਸ਼ਾਹਜ਼ੋਰੀ ਦੀ ਉੱਚੀ ਮਿਸਾਲ ਕੌਟੀ ਇਹ ਅਰੂਜ ਇੱਕ ਵਾਰ ਕੌਟੀ ਖੇਡ ਹੈ ਮਾਨ ਸਾਡਾ ਚਲੋ ਜੀ ਪਹਿਲੀ ਕਬੱਡੀ ਮੁਸੰਮਲ ਬੂਟਾ ਤਾਂ ਵੀ ਜਿਹੜੇ ਮੁਸੰਮਲ ਬੂਟੇ ਦੀ ਕਬੱਡੀ ਪਸੰਦ ਕਰਦੇ ਆ ਇੱਕ ਵਾਰੀ ਤਾੜੀਆਂ ਮਾਰ ਕੇ ਦੱਸੋ ਇਸ ਨੌਜਵਾਨ ਦੇ ਫੈਨ ਕਿੰਨੇ ਆ ਇਸ ਗਰਾਊਂਡ ਦੇ ਵਿੱਚ ਮੁਸੰਮਲ ਬੂਟਾ ਪਹਿਲੀ ਕਬੱਡੀ ਚਾਰ ਜਾਫੀਆਂ ਦੀ ਬਣੀ ਸਿੰਗਲੀ ਦੋਵੇਂ ਜੋੜੇ ਖਿੱਚਣ ਦੀ ਕੋਸ਼ਿਸ਼ ਕੀਤੀ ਆ ਕੈਂਚੀ ਲੱਗੀ ਹੋਈ ਆ
ਵੈਲ ਡਨ ਜੀ। ਚਲੋ ਜੀ, ਲੱਗਾ ਹੋਇਆ ਜੱਫਾ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਲਾਇਆ ਹੋਇਆ ਜੱਫਾ। ਆਹ 30 ਸਕਿੰਟਾਂ ਦਾ ਸਮਾਂ ਟੱਕ 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 ਕਰਕੇ ਬੀਤ ਗਿਆ। ਵੈਲ ਡਨ ਜੀ ਜੀ। ਬਾਬਾ ਵਿਕਾਸ ਨੇ ਲਾਇਆ ਜੱਫਾ, ਬਾਬਾ ਵਿਕਾਸ ਚੱਠਾ ਚੱਲ ਆਇਆ। ਮਲਕ ਦੁਨੀਆ ਮੀਂਹ ਜੀਆ ਗੋਰਾ ਰੰਗ ਤੇ ਨੀਲੇ ਰੰਗ ਦਾ ਕੱਛਾ ਚੱਲ ਵੀ ਮਲਕ ਦੁਨੀਆ ਮੀਂਹ ਹਲਕਾ ਜਿਹਾ ਚੁੱਕਿਆ। ਕੰਨੀ ਵਾਲੇ ਨੌਜਵਾਨ ਨੇ ਲੱਤ ਫੜਨ ਦੀ ਕੋਸ਼ਿਸ਼ ਕੀਤੀ ਸੀ, ਲਾਲਾ ਸਾਹਿਬ ਦਾ ਕੰਬੋ, ਲੇਕਿਨ ਨਹੀਂ ਪਕੜਿਆ ਗਿਆ। ਪੁਆਇੰਟ ਲੈਣ ਕਾਮਯਾਬ ਹੋ ਗਿਆ ਹਾਫਲ ਆਸਮ। ਚਲੋ ਜੀ ਹਾਫਲ ਜੀ, ਇਹ ਲੱਲਾ ਮੁਸ਼ਕਾ ਜਿਹਾ ਰੰਗ ਆਏ, ਮੁਸ਼ਕਾ ਜਿਹਾ ਰੰਗ ਤੇ ਕਮਰ ਬੱਟ ਜੀ ਪਾਕਿਸਤਾਨ ਦਾ ਇਸ ਵੇਲੇ ਬੜਾ ਸ਼ਾਹ ਜ਼ੋਰ ਜਾਪੀਆ। ਹਾਫਲ ਜੀ ਜੀ ਕਮਰ ਬੱਟ ਤੇ ਹਾਫਲ ਆਸਮ ਪੁਆਇੰਟ ਹਾਫਲ ਜੀ ਦਾ ਪੁਆਇੰਟ ਜੀ 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 ਮੁੰਡੇ ਦੀ ਉਂਗਲ ਖੜੀ ਪਈ ਦੱਸਦੀ ਹੈ ਕਿ ਦੁੱਧ ਚੁੰਗਿਆ ਬੂਰੀਆਂ ਦਾ ਪਾਕਿਸਤਾਨ ਵਾਲ
ਦੀ ਫਰਮਾ ਮੁਹਤਰਮ ਮੁਹੰਮਦ ਤੈਯਬ ਖਾਨ ਸਾਹਿਬ, ਅਸਿਸਟੈਂਟ ਕਮਿਸ਼ਨਰ ਪੱਤੋ ਕੀ ਜਨਾਬ ਨਸੀਰੁੱਲਾ ਖਾਨ ਸਾਹਿਬ ਮੁਹਤਰਮਾ, ਰਾਬੇਲ ਸਦਰ ਜ਼ੈਨ ਸਾਹਿਬਾ ਜ਼ਿੰਦਾਬਾਦ ਜੀ, ਉੱਧਰ ਜਾਬਰ ਕੰਬੋ ਨੇ ਨੰਬਰ ਦਾ ਕੀਤਾ ਵਾਧਾ, ਪਿੱਛਾ ਹਟਿਆ ਇੰਟਰਨੈਸ਼ਨਲ ਕਬੱਡੀ ਪਲੇਅਰ, ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ ਕੌਣ ਪਾਏਗਾ ਕਬੱਡੀ? ਟੈਕਨੀਕਲ ਪ੍ਰੋਬਲਮ ਹੈ ਆਸਫ ਮੌਲਾ, ਐਡੇ ਸਖਤ ਸਵਾਲ ਨਾ ਪੁੱਛੋ, ਅੱਜ ਕੱਲ ਸਾਡਾ ਹਾਲ ਨਾ ਪੁੱਛੋ, ਸੋਚ ਹਲਾਰੇ ਖਾ ਜਾਂਦੀ ਏ, ਕਸਮੇ ਦੀ ਚਾਲ ਨਾ ਪੁੱਛੋ, ਸੋਚ ਹਲਾਰੇ ਖਾ ਜਾਂਦੀ ਏ। ਨੰਬਰ ਆਸਫ ਮੌਲੇ ਦਾ ਨੰਬਰ ਨਹੀਂ ਜੀ, ਨੰਬਰ ਡਿਪਟੀ ਨੰਬਰ ਦਾ ਵਾਅਦਾ ਕਰਕੇ ਪਿੱਛਾ ਹਟਿਆ ਨੌਜਵਾਨ ਡਿਪਟੀ ਮਲਕ ਮੁਹੰਮਦ ਅਕਬਰ, ਅਗਲੀ ਕਬੱਡੀ ਪਾਉਣ ਵਾਸਤੇ ਮਲਕ ਮਿਲੀਆਂ ਮੀਨ, ਚੱਲ ਵੀ ਸੋਹਣਿਆ ਪਾ ਹਾਂ ਕਬੱਡੀ, ਤੇਰੇ ਹਾਲ ਹਵਾਲੇ ਚੰਗੇ ਲੱਗਦੇ ਨੇ, ਦਿਲ ਨੂੰ ਤੇਰੇ। ਬਹੁਤ ਸ਼ੁਕਰੀਆ ਸਰ ਜੀ, ਮੁਹਤਰਮ ਮੁਹੰਮਦ ਤੈਯਬ ਖਾਨ ਸਾਹਿਬ, ਇਹਨਾਂ ਵੱਲੋਂ 2000 ਰੁਪਈਆ ਕਮੈਂਟਰੀ ਬਾਕਸ ਵਿੱਚ ਇਨਾਮ ਆਇਆ ਹੈ, ਦੋਵਾਂ ਕਮੈਂਟੇਟਰਾਂ ਵਾਸਤੇ 1000 ਰੁਪਈਆ, ਜਨਾਬ ਦੀ ਮੁਹੱਬਤ ਦਾ ਬਹੁਤ ਸ਼ੁਕਰੀਆ। ਮੁਹਤਰਮ ਮੁਹੰਮਦ ਤੈਯਬ ਖਾਨ ਸਾਹਿਬ, ਤੁਹਾਡੇ ਪਿਆਰ ਦਾ ਬਹੁਤ ਸ਼ੁਕਰੀਆ ਕਿ ਸਾਨੂੰ ਇਸ ਕਾਬਲ ਸਮਝਿਆ, ਸਾਡੇ ਵਾਸਤੇ ਇਨਾਮ ਹੈ। ਅਗਲੀ ਕਬੱਡੀ ਕੌਣ ਪਾਏਗਾ ਕਬੱਡੀ? ਟਾਈਮ ਆਊਟ ਦਾ ਪਾਕਿਸਤਾਨ ਏਅਰਪੋਰਟ ਦੀ ਟੀਮ ਦੇ ਨਾਲ ਟੱਕਰ ਹੋਏਗੀ, ਆਸਮ ਹਾਫਜ਼ ਆਸਮ ਮੌਲਾ, ਚਲੋ ਜੀ ਹਾਫਜ਼ ਜੀ, ਜਾਬਰ ਕੰਬੋ ਜੀਓ ਜਵਾਨਾ ਪੁਰ
ਕੁੰਠੀ ਕੰਬੋਦਾ ਤੇ ਜਾਂਦਾ ਹੀ ਮੈਦਾਨ ਵਿੱਚ ਧੋਣਾ ਪੜਦਾ ਜੀ ਜਬਰ ਕੰਬੋਦ ਮਨਸਰ ਸੰਧੂ ਭਾਜੇ ਮਿੱਤਰਾ ਭਾਜੇ ਤੇਰੇ ਮਗਰ ਬੰਦੂਕਾਂ ਵਾਲੇ ਜੀ ਇਹ ਜਾਣ ਹਾਂਜੀ ਇਸ ਮੇਲੇ ਨੂੰ ਸਜਾਉਣ ਵਾਲੀ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਇਸ਼ਤਰਾਕਾ ਸਨ ਸਬਰ ਫਰਟੀਲਾਈਜ਼ਰ ਫਾਰਮਾ ਫਰਟੀਲਾਈਜ਼ਰ ਕੰਪਨੀ ਸਨ ਸਬਰ ਖਾਦਾ ਪਾਕਿਸਤਾਨ ਦੇ ਵਿੱਚ ਖਾਦਾਂ ਦੀ ਦੁਨੀਆ ਦੇ ਵਿੱਚ ਬੇਮਿਸਾਲ ਇਹਨਾਂ ਦਾ ਰਿਜ਼ਲਟ ਜਿਹੜਾ ਸਨ ਸਬਰ ਖਾਦ ਇਸਤੇਮਾਲ ਕਰੇਗਾ ਦੁੱਗਣਾ ਰਿਜ਼ਲਟ ਲਏਗਾ ਡਬਲ ਫੀਸ ਹੋਏਗੀ ਹਾਏ ਹਾਂ ਜੀ ਪਕੜੇ ਹਾਏ 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 ਕਾਲੀ ਤਿੱਤਰੀ ਕਮਾਨ ਤੋਂ ਨਿਕਲੀ ਮੈਂ ਉੱਡਦੀ ਨੂੰ ਮਾਲ ਪੈ ਗਿਆ ਬਹੁਤ ਖੂਬਸੂਰਤ ਜੱਫਾ ਲੱਗਿਆ ਜੀ ਆਫਤ ਆਸਫ ਮੌਲਾ ਸਾਹਿਬ ਨੇ ਪੁਆਇੰਟ ਲੈਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਕਾਮਯਾਬ ਨਹੀਂ ਹਾਂਜੀ ਹਾਂਜੀ ਟਰੈਕਟਰ ਨਾਮ ਜੀ ਟਰੈਕਟਰ ਨਾਮ ਵੀ ਆ ਮੋਬਾਈਲ ਫੋਨ ਵੀ ਆ ਔਰ ਦੀਗਰ ਕੀਮਤੀ ਨਾਮ ਫਾਰਮਾ ਫਰਟੀਲਾਈਜ਼ਰ ਪ੍ਰਾਈਵੇਟ ਕੰਪਨੀ ਵੱਲੋਂ ਤਮਾਮ ਜਿਹੜੇ ਦੇਖਣ ਵਾਲੇ ਤਮਾਸ਼ਾ ਹੀ ਨਜ਼ਰ ਆਏ ਆ ਆਪਾਂ ਆਪਣੇ ਅਸਲ ਸ਼ਨਾਖਤੀ ਕਾਰਡ ਕੋਲ ਰੱਖੋ ਔਰ ਆਪਣੇ ਸ਼ਨਾਖਤੀ ਕਾਰਡ ਦੀ ਫੋਟੋ ਕਾਪੀ ਜਿਹੜੀ ਡਰਾਪ ਬਾਕਸ ਪਾਓ ਅੱਜ ਮੈਸੀ ਟਰੈਕਟਰ ਦੇ ਉੱਤੇ ਵੇਖੋ ਕਿਹੜਾ ਬੈਠ ਕੇ ਜਾਏਗਾ ਕਿਹੜਾ ਮੋਬਾਈਲ ਫੋਨ ਲੈ ਕੇ ਜਾਏਗਾ ਔਰ ਕਿਹੜਾ ਦੀਗਰ ਕੀਮਤੀ ਨਾਮ ਲੈ ਕੇ ਜਾਏਗਾ ਅਤੀਕ ਪਾਵਾ ਕਮਲ ਵਕਤ ਇਮਰਾਨ ਵਾਲਾ ਹੋਏ 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 ਜੀ ਆ ਜਵਾਨਾ ਜੀ ਹਾਂਜੀ ਪਕਾਜ਼ਾ ਜੀ ਆਪ ਬੈਠੇ ਬੜੀਵਾਲੀ ਉਮੀਦ ਹੈ ਇਨਸ਼ਾ ਅੱਲਾ ਮਿਲ ਜਾਏਗਾ ਪਾਣੀ ਚੱਲ ਮੇ ਮੁਜ਼ੰਮਲ ਬੂਟਾ ਜੀ ਆ ਜਵਾਨਾ ਜੀ ਮੁਜ਼ੰਮਲ ਬੂਟਾ ਕਬੱਡੀ ਦਾ ਖਾਨਦਾਨ ਹੈ ਕਬੱਡੀ ਦੇ ਵਿੱਚ ਬਹੁਤ ਵੱਡੀ ਪਹਿਚਾਣ ਹੈ ਇਹਨਾਂ ਦੀ ਪਾਕਿਸਤਾਨ ਦੇ ਵਿੱਚ ਮੁਜ਼ੰਮਲ ਬੂਟਾ ਜ਼ਫਰੀ ਚੀਨੀ ਜ਼ਫਰੀ ਆਵਾਮ ਦੀ ਮਾਲ ਨਾਲ ਤੱਲਕ ਆ ਕੰਧ ਬਣਿਆ ਹੋਇਆ ਇਸ ਵੇਲੇ ਦੁਬਾਰੇ ਚੀਨ ਬਣਿਆ ਹੋਇਆ ਮੁਜ਼ੰਮਲ ਬੂਟੇ ਦੇ ਅੱਗੇ ਆਏ ਹਾਏ ਦੁਸ਼ਮਣ ਬੂਟਾ ਹੋ ਗਏ ਦੋਨੋਂ ਤੇ ਬਚ ਗਿਆ ਲਲਕਾਰਾ ਹੁਣ ਤੇ ਨੰਬਰ ਉਹਨੇ ਖਾਣਾ ਜਿਹੜਾ ਹਉ ਜਾਣ ਵਿੱਚ ਭਾਰਾ ਫਾਰਮਾ ਫਰਟੀਲਾਈਜ਼ਰ ਸਨ ਸਬਲ ਖਾਦਾ ਸਨ ਸਬਲ ਖਾਦੇ ਸਨ ਸਬਲ ਪਾਕਿਸਤਾਨ ਫਾਰਮਾ ਫਰਟੀਲਾਈਜ਼ਰ ਦਾ ਸਜਾਇਆ ਹੋਇਆ ਮੇਲਾ ਔਰ ਸਨ ਸਬਲ ਖਾਦਾ ਇੱਕ ਵਾਰ ਦੇ ਕੁਆਸ਼ਨ ਪੁੱਜਣ ਦਾ ਕੀ ਇਸ਼ਾਰਾ ਪੁਆਇੰਟ ਹਾਫਜ਼ ਆਸਮ ਦਾ ਜੀ ਪੁਆਇੰਟ ਚਾਹੀਦੀ ਡੋਲਿਆਂ ਦੇ ਵਿੱਚ ਜਾਂ ਆਮ ਖਿਡਾਰੀ ਸ਼ੂਟ ਦੇ ਜਿਵੇਂ ਸਾਗਰਾਂ ਦੇ ਵਿੱਚ ਤੂਫਾਨ ਕੱਲੇ ਨੂੰ ਕੱਲਾ ਜਦੋਂ ਟੱਕਰੇ ਆਪਣੀ ਨਾ ਮੁੰਡੇ ਮਿਹਨਤ ਕਰਦੇ ਪੈਣ ਤੁਸੀਂ ਉਧਰ ਚਲੋ ਚੱਲੇ ਹਾਂਜੀ ਅਕਬਰ ਡਿਪਟੀ ਡਿਪਟੀ ਇਸ ਪਿਆਰ ਨੂੰ ਕਹਿੰਦੇ ਸੌਜਵਾਨ ਨੂੰ ਸ਼ਬਾਦ ਦੇ ਪ੍ਰਤੀਸ਼ੇ ਦਾ ਸ਼ੇਰ ਦਾ ਜਹਾਂਗੀਰ ਦੇ ਨਾਲ ਤੱਕ ਆ ਅਕਬਰ ਡਿਪਟੀ ਕੌਡੀਆਂ ਕੌਡੀਆਂ ਮਜਾਨਾਂ ਦੇ ਵਿੱਚ ਅੱਜ ਤੱਕ ਬੜੀਆਂ ਮਸ਼ਹੂਰ ਆ ਫਿਰ ਇੱਕ ਵਾਰ ਫਿਰ ਆਸਮ ਗੁੱਜਰ ਦਾ ਇਸ਼ਾਰਾ ਤੇ ਅਕਬਰ ਡਿਪਟੀ ਨੇ ਡਬਲ ਨੂੰ ਟੱਚ ਕਰ ਲਿਆ ਪੁਆਇੰਟ ਪਾਕਿਸਤਾਨ ਬਾਬਾ ਦਾ ਔਰ ਅਗਲੀ ਗੱਲ ਬਾਤ ਆਪਾਂ ਕਰ ਲਈ ਮਨਸਰ ਦੇ ਲਫ਼ਜ਼ ਨਾ ਉਪੜੇ ਹਾਲੇ ਦੀ ਤੇਰੇ ਹੁਸਨ ਹਵਾਲੇ ਦੀ ਸੋਹਣਾ ਮੁੰਡਾ ਪੰਜਾਬੀਆਂ ਦਾ ਐਸਐਮ ਕਬੱਡੀ 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 ਕਰਦਾ ਹੋਇਆ ਖੱਬੀ ਕਰੀ ਦੇ ਟੱਚ ਵਾਲਿਆਂ ਨੂੰ ਦੇਵੇ ਪਰ ਕਹਿੰਦਾ ਜ਼ਿੱਦ ਕਰਦਾ ਇਹ ਨਾਂ ਨਹੀਂ ਸੁਣਦਾ ਸੋਹਣਾ ਹੈ ਨਾ ਤਾਂ ਕਬੱਡੀ ਪਾਉਣ ਵਾਸਤੇ ਸ਼ਹਿਰਾ ਮਸਾਇਲ ਪੁੱਟੋ ਚੱਲ ਵੀ ਸੋਹਣਿਆ ਪਾ ਕਬੱਡੀ ਐਸਐਮ ਪੈਰੋਂ ਸ਼ੋਹਣਾ ਦੇ ਨਾਲੇ ਲਚਕਦਾਰ ਪੁੱਟੋ ਰੇਡ ਮਾਰਨ ਦਾ ਪੂਰਾ ਸੰਕਾਰ ਪੁੱਟੋ ਬਹੁਤ ਫੁਰਤੀ ਦੇ ਨਾਲੇ ਬਹਾਦਰੀਏ ਪਾਕਿਸਤਾਨ ਕਿਸਾਨ ਇਤਿਹਾਦ ਦਾ ਜਿਹਨਾਂ ਵੀਰਾਂ ਨੇ ਰਲ ਮਿਲ ਕੇ ਸੰਮੇਲਨ ਦਿੱਤਾ ਤਕਰੀਰ ਉਹਦੇ
ਟਿੱਪਣੀ ਪਾਉਣ ਵਾਸਤੇ ਨੌਜਵਾਨ ਬਿਲਕੁਲ ਤਿਆਰ ਬਣ ਗਿਆ। ਕੌਣ ਪਾਏਗਾ ਟੀਮ ਕਬੱਡੀ? ਜਾਬਰ ਕੰਬੋ ਕਹਿੰਦਾ ਮੈਂ ਹੋਵਾਂ ਕਬੱਡੀ। ਚੱਲ ਵੀ ਜਾਬਰ ਕੰਬੋ ਆਪਾਂ ਕਬੱਡੀ ਅਸਾਨ ਅਕਮ ਕੰਬੋ ਦਾ ਪੱਪਰ ਸ਼ੇਰ ਛਕੇ ਕਹਿੰਦੇ ਨਾ ਕਿ ਠੂੰਗਾ ਮਾਰਿਆ ਟੱਲੀ ਵਾਂਗ ਖੜਕਣ ਘਰੇ ਜਿਹੜੇ ਉਸਤਾਦਾਂ ਨੇ ਘਰੇ ਹੋਏ ਨੇ ਅਸੀਂ ਕਿਸੇ ਜਮਾਤੋਂ ਨਹੀਂ ਫੇਰ ਹੁੰਦੇ ਜੋੜਾਂ ਨਾਲ ਜਿੰਨਾ ਕਹਿਦੇ ਖੜੇ ਹੋਏ ਨੇ ਕਬੱਡੀ ਪਾਉਣ ਵਾਸਤੇ ਡਿਪਟੀ ਮਲਕ ਅਕਬਰ ਇਸ ਤੋਂ ਬਾਅਦ ਜੀ ਕਬੱਡੀ ਸ਼ਹਿਰਾਮ ਸਾਜਰ ਟੁੱਟੋ ਚੱਲ ਬਈ ਸੋਹਣਿਆ ਪਾਹਾਂ ਕਬੱਡੀ ਤੈਨੂੰ ਰੱਬ ਦੀਆਂ ਰੱਖਾਂ ਪੈਰੋਂ ਮਦਰਾ ਕੱਦੋਂ ਮਦਰਾ ਪਰ ਲਚਕਦਾਰ ਟੁੱਟੋ ਬੰਦੇ ਬਹਿ ਜਾਓ ਸੈਕਟਰੀ ਬਹਿ ਜਾ ਸੈਕਟਰੀ ਪਰਾਂ ਹਟ ਜਾ ਬਹੁਤ ਸਦਕੇ ਜਾਵਾਂ ਭਾਈ ਫਰਿਆਦ ਦੇ ਬੰਨੇ ਤੋਰਿਓ ਇੱਕ ਵਾਰੀ ਫੇਰ ਖੇਡ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਸਦਕੇ ਜਾਵਾਂ ਮੁੰਡਾ ਕਬੱਡੀ 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 ਕਰਦਾ ਹੋਇਆ ਸਦਕੇ ਜ਼ਿੰਦਾਬਾਦ ਔਰ ਪੰਜਾਬ ਟੀਵੀ ਚੈਨਲ ਵਾਲੇ ਤੁਹਾਡੀ ਕਵਰੇਜ ਦਾ ਬਹੁਤ ਸ਼ੁਕਰੀਆ ਇੱਧਰ ਪਈ ਕਬੱਡੀ ਨੌਜਵਾਨ ਮੁਜ਼ੰਮਲ ਬੂਟਾ ਭੇੜ ਪੈ ਗਿਆ ਸਾਨਾ ਦਾ ਬੱਲੇ 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 ਹੋ ਗਏ ਦੋਵੇਂ ਗੁੱਥਮ ਗੁੱਥੀ ਤੇ ਵੱਜ ਗਿਆ ਲਲਕਾਰਾ ਹੁਣ ਤੇ ਨੰਬਰ ਹੋਈ ਖੜੂਗਾ ਜਿਹੜਾ ਜਾਨ ਚ ਪਾਰਾ ਅਵੈਸ ਜੱਟ ਨੇ ਕੋਸ਼ਿਸ਼ ਬਹੁਤ ਕੀਤੀ ਹੈ ਪਰ ਹਾਫਜ਼ ਆਸਮ ਮੌਲਾ ਚੱਲ ਪਈ ਆਸਮ ਮੌਲਿਆ ਵਾਹ ਸੋਹਣਿਆ ਕਬੱਡੀ ਚੁੰਗ ਬੂਰੀਆਂ ਖਾ ਕੇ ਘਿਓ ਦੇਸੀ ਖੇਡ ਨਿੱਤਰੇ ਵਿੱਚ ਮੈਦਾਨ ਮੀਆਂ ਕਿਹੜੇ ਗੱਜਦੇ ਤੇ ਕਿਹੜੇ ਵੱਸਦੇ ਨੇ ਪਤਾ ਲੱਗ ਜੂ ਨਾ ਹੋ ਹੈਰਾਨ ਮੀਆਂ ਨਾ ਹੋ ਹੈਰਾਨ ਮੀਆਂ ਅਗਲੀ ਕਬੱਡੀ ਪਾਉਣ ਵਾਸਤੇ ਜਾਬਰ ਕੰਬੋ ਚੱਲ ਪਈ ਜਾਬਰ ਕੰਬੋ ਪਾ ਕਬੱਡੀ ਚੜ੍ਹਦੀ ਕਲਾ ਇਸ ਟਾਈਮ ਪੂਰੇ ਪੰਜਾਬ ਦੇ ਅੱਖ ਦਾ ਤਾਰਾ ਪਾਕਿਸਤਾਨ ਵਾਪਦਾ ਨਾ ਵਾਸਤਾ ਸਦਕੇ ਨੌਜਵਾਨ ਟੱਚ ਲੱਗ ਚੁੱਕਿਆ ਬਾਈ ਐਸੇ ਨਹੀਂ ਕਰਦੇ ਜਿਸ ਕੋ ਲੜੇਗਾ ਉਸ ਕੋ ਵੇਸ ਚਲੇਗੀ ਬਾਈ ਨੰਬਰ ਜਾਬਰ ਕੰਬੋ ਦਾ ਨੰਬਰ ਜਾਬਰ ਕੰਬੋ ਦਾ ਅਗਲੀ ਕਬੱਡੀ ਪਾਉਣ ਵਾਸਤੇ ਮੁੰਡਾ ਬਿਲਕੁਲ ਤਿਆਰ ਬਰ ਤਿਆਰ ਡਿਪਟੀ ਅਕਬਰ ਚੱਲ ਪਈ ਡਿਪਟੀ ਪਾ ਕਬੱਡੀ ਹਿੰਮਤ ਕੀ ਹਥਿਆਰ ਨਹੀਂ ਹੁੰਦੀ ਦਿਲ ਨਾ ਛੱਡੀ ਹਾਰ ਨਹੀਂ ਹੁੰਦੀ ਡਿਪਟੀ ਅਕਬਰ ਦੀ ਕਬੱਡੀ ਇੱਕ ਅੰਨੀ ਅਤੀਕ ਪਾਵਾ ਇੱਕ ਅੰਨੀ ਇਮਰਾਨ ਵਾਲਾ ਉਹ ਲੱਗਾ ਹੈ ਨੌਜਵਾਨ ਇੱਥੇ ਲੱਗੇਗਾ ਪਤਾ ਘੁੰਮਦੇ ਪਏ ਨੇ ਚੌਹਾਂ ਵੀਰ ਟੱਚ ਹੋਇਆ ਇਮਰਾਨ ਵਾਲੇ ਦੇ ਨਾਲ ਸਦਕੇ ਬਿਲਕੁਲ ਬਰਾਬਰ ਦੀਆਂ ਜਵਾਨੀਆਂ ਉੱਧਰ ਆਪਣੇ ਕੱਦ ਦਾ ਪੂਰਾ ਐਡਵਾਂਟੇਜ ਹੈ ਇਮਰਾਨ ਵਾਲੇ ਦੇ ਕੋਲ ਡਿਪਟੀ ਅਕਬਰ ਪੈਰਾਂ ਦਾ ਛੋਲਾ ਕੱਟਾ ਮਾਰਦਾ ਭੱਜਿਆ ਮੁੰਡਾ ਹਾਏ ਕਹਿੰਦਾ ਗੱਡੀ ਮੋਟਰਵੇ ਤੇ ਚੜ੍ਹ ਗਈ ਤੇ ਫਿਰ ਚੜ੍ਹਦੀ ਸਪੀਡਾਂ ਫੜ ਗਈ ਸਪੀਡਾਂ ਫੜ ਗਈ ਕਬੱਡੀ ਪਾਉਣ ਵਾਸਤੇ ਮਲਕ ਬਿਨੀਆਂ ਮੀਨ ਚੱਲ ਵੀ ਮਿਲੀਆਂ ਮੀਨਾ ਸੋਹਣਿਆ ਪਾਹਾਂ ਕਬੱਡੀ ਇਸ ਟਾਈਮ ਹੱਥ ਮਾਰਦਾ ਪੱਟਾਂ ਤੇ ਵੇਖੋ ਤੇ ਸਹੀ ਇਹ ਕਿਹੜਾ ਹੈ ਗੱਭਰੂ ਤੇ ਲੇਰ ਜਾਂਦਾ ਚਾਲ ਢਾਲ ਤੋਂ ਇੰਜ ਪਿਆ ਲੱਗਦਾ ਏ ਜਿਵੇਂ ਵਿੱਚ ਮੈਦਾਨ ਦੇ ਸ਼ੇਰ ਜਾਂਦਾ ਨੰਬਰ ਬਿਨੀਆਂ ਮੀਨ ਦਾ ਚਾਲ ਢਾਲ ਤੋਂ ਇੰਜ ਪਿਆ ਲੱਗਦਾ ਏ ਜਿਵੇਂ ਵਿੱਚ ਮੈਦਾਨ ਦੇ ਸ਼ੇਰ ਜਾਂਦਾ ਅਗਲੀ ਕਬੱਡੀ ਪਾਉਣ ਵਾਸਤੇ ਸ਼ਹਿਰਾਮ ਸਾਜਿਦ ਪੁੱਟੋ ਹੱਸਦਾ ਹੀ ਰਹਿੰਦਾ ਨਾਲੇ ਨਖਰੇ ਜੇ ਕਰਦਾ ਤਾਂਹੀਓ ਤੇ ਜ਼ਮਾਨਾ ਇਹਦੀ ਖੇਡ ਉੱਤੇ ਮਰਦਾ ਨੌਜਵਾਨ ਸ਼ਹਿਰਾਮ ਸਾਜਿਦ ਪੁੱਟੋ ਸਟੇਜ ਦੇ ਉੱਪਰ ਮੁਹਤਰਮ ਖਾਲਦ ਮਹਿਮੂਦ ਖੋਕਰ ਸਾਹਿਬ ਮਰਕਜ਼ੀ ਸਦਰ ਪਾਕਿਸਤਾਨ ਕਿਸਾਨ ਇਤਿਹਾਦ ਅਤੀਕ ਪਾਵਾ ਹਾਏ ਰਾਣੇ ਮਾਜੇ ਸ਼ਹਿਜ਼ਾਦੇ ਦਾ ਬੱਬਰ ਸ਼ੇਰ ਲੱਗਾ ਹੈ ਨਾਲ ਬੱਲੇ ਪਰ ਨਹੀਂ ਬਣਿਆ ਕੰਮ ਨੰਬਰ ਕਬੱਡਰ ਦਾ ਨੰਬਰ ਕਬੱਡਰ ਦਾ ਰੈਫਰੀ ਮੁਹੰਮਦ ਅਲੀ ਸਾਹਿਬ ਦਾ ਇਸ਼ਾਰਾ ਨੰਬਰ ਕਬੱਡਰ ਦਾ ਕਬੱਡੀ ਪਾਏਗਾ ਫੈਸਲ ਬੱਟੂ ਸਦਕੇ ਜਾਵਾਂ ਪਾਕਿਸਤਾਨ ਵਾਪਦਾ ਦਾ ਸ਼ਹਿਜ਼ਾਦਾ ਇਸ ਟਾਈਮ ਕਬੱਡੀ ਪਾਉਣ ਵਾਸਤੇ ਨਿੱਕੀ ਉਮਰ ਨਵੀਂ ਐਂਟਰੀ ਹੈ ਕਬੱਡੀ ਦੇ ਵਿੱਚ ਬਹੁਤ ਤਕੜਾ ਪਰਫਾਰਮ ਕਰਦਾ ਪਿਆ ਨੌਜਵਾਨ ਲੱਗੇਗਾ ਪਤਾ ਆਉਂਦੇ ਧਾਵੀ ਨੂੰ ਵੇਖ ਕੇ ਕਹਿਣ ਜਾਫੀ ਸਮਝ ਗਏ ਤੇਰੀ ਅਦਾਰਾ ਥਾ ਸਾਥੋਂ ਬਚ ਕੇ ਜਾਣਾ ਹੈ ਬਹੁਤ ਔਖਾ
ਕਥਾ ਨੰਬਰ ਕਬੱਡਰ ਦਾ ਨੰਬਰ ਰੈਫਰੀ ਅਹਿਸਨ ਰਸ਼ੀਦ ਗੁੱਜਰ ਸਾਹਿਬ ਦਾ ਇਸ਼ਾਰਾ ਕਿ ਨੰਬਰ ਕਬੱਡਰ ਦਾ ਕੀ ਹੋ ਰਿਹਾ ਯਾਰ। ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ ਮੁਹੰਮਦ ਆਸਮ ਮੌਲਾ ਚੱਲ ਕੇ ਮੌਲਾ ਪਾ ਕਬੱਡੀ ਸਦਕੇ ਨੌਜਵਾਨਾਂ ਪਾਹਾਂ ਕਬੱਡੀ ਨਿੱਕੀ ਉਮਰ ਵੱਡੀਆਂ ਮੱਲਾਂ ਮਾਰਨ ਵਾਸਤੇ ਤਿਆਰ ਬਰ ਤਿਆਰ 52 ਮੁੱਲਾਪੁਰੀਆ ਸ਼ੇਰ ਉਧਰਲੇ ਬੰਨੇ ਮੈਂ ਵੇਲਾ ਪਿਆ ਕਮਰ ਵੱਟ ਦੂਜੀ ਕੰਨੀ ਦੇ ਨੌਜਵਾਨ ਇਹ ਕਮਰ ਵੱਟ ਨੇ ਵੱਧ ਕੇ ਧੌਣ ਤੇ ਗਾਰਡਰ ਵਰਗੀ ਬਾਂਹ ਧਰੀ ਹੈ ਤੁਰ ਪਿਆ ਵੱਟ ਪੁੱਤ ਨਾਲ ਨਾਲ ਉਧਰ ਆਸਮ ਮੌਲਾ ਪਗਲਾਂ ਭਰੀਆਂ ਹੋਈਆਂ ਚੱਕਾ ਜਾਮ ਕਰਨ ਦੀ ਗੱਲ ਕਰਦਾ ਮੁੰਡਾ ਖੱਬੇ ਸੱਜੇ ਉੱਤੇ ਥੱਲਿਆ ਉੱਗ ਗਿਆ ਨੰਬਰ ਕਬੱਡਰ ਦਾ ਨੰਬਰ ਸ਼ਹਿਜ਼ਾਦ ਢਿੱਲੂ ਦਾ ਨੰਬਰ ਸੂਈ ਗੈਸ ਦਾ ਅਗਲੀ ਕਬੱਡੀ ਪਾਉਣ ਵਾਸਤੇ ਮੁਜ਼ੰਮਲ ਬੂਟਾ ਚੱਲ ਪਈ ਮੁਜ਼ੰਮਲ ਬੂਟਿਆ ਪਾਹਾ ਕਬੱਡੀ ਕਹਿੰਦਾ ਇਹਨਾਂ ਵਿੱਚ ਕਿੰਨਾ ਕੁ ਹੌਸਲਾ ਏ ਅੱਜ ਮੈਂ ਜ਼ੋਰ ਤੂਫਾਨਾਂ ਦਾ ਵੇਖ ਲੈਂਦਾ ਹੱਥ ਪੱਟਾਂ ਤੇ ਮਾਰ ਕੇ ਨਿਕਲ ਆਇਆ ਮੁਹੱਬਤਾਂ ਕਿਸਾਨ ਇਤਿਹਾਸ ਦਾ ਪਿਆਰ ਔਰ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੀ ਕਬੱਡੀ ਦੇ ਨਾਲ ਮੁਹੱਬਤ ਨਜ਼ਰ ਆ ਰਹੀ ਹੈ ਮੁਹੰਮਦ ਸਰਵਰ ਰਾਣਾ ਸਾਹਿਬ ਮੁਹਤਰਮ ਰਾਏ ਮਸੂਦ ਖਰਲ ਸਾਹਿਬ ਚੌਧਰੀ ਤਾਰ ਵਹੀਦ ਜੱਟ ਸਾਹਿਬ ਪੰਜਾਬ ਪੁਲਿਸ ਮੇਰੀ ਸਟੇਜ ਦੀ ਰੌਣਕ ਹੈ ਜ਼ਿੰਦਾਬਾਦ ਜੀ ਸਦਕੇ ਔਰ ਮੁਹਤਰਮ ਨਸੀਰੁੱਲਾ ਖਾਨ ਸਾਹਿਬ ਜਨਾਬ ਖਾਲਦ ਮਹਿਮੂਦ ਖੋਖਰ ਸਾਹਿਬ ਤੁਹਾਡੀ ਮੁਹੱਬਤ ਦਾ ਬਹੁਤ ਸ਼ੁਕਰੀਆ ਇਸ ਖੇਡ ਨਾਲ ਪਿਆਰ ਕਰਦੇ ਪਏ ਨੇ ਜਨਾਬ ਮਬੀਨ ਅਹਿਮਦ ਸਾਹਿਬ ਨਬੀਲ ਸਾਹਿਬ ਮੁਹੰਮਦ ਰਜ਼ਵਾਨ ਸਾਹਿਬ ਫਾਤਮਾ ਫਰਟੀਲਾਈਜ਼ਰ ਜ਼ਿੰਦਾਬਾਦ ਜੀ ਉੱਧਰ ਪਈ ਕਬੱਡੀ ਬਿਨੀਆਂ ਮੀਨ ਦਾ ਵੱਜਿਆ ਹੋਇਆ ਪ੍ਰੈਸ ਕਹਿੰਦਾ ਕਿਆ ਕਰ ਰਹੇ ਹੋ ਆਪਕੇ ਮੈਂ ਕਾਬੂ ਬੁਲਾ ਸਕਦਾ ਹਾਂ ਨੰਬਰ ਕਿਸਕਾ ਹੈ ਨੰਬਰ ਪਾਕਿਸਤਾਨ ਬਾਪ ਦਾਦਾ ਇੱਕ ਵਾਰੀ ਤਾੜੀਆਂ ਮੇਰੇ ਕਹਿਣ ਤੇ ਮਾਰ ਦੋ ਮਾਰੋ ਹਾਂ ਦਿਲ ਖੋਲ ਕੇ ਤਾੜੀਆਂ ਜਿਹੜੇ ਘਰੋਂ ਕੌਡੀ ਦੇਖਣ ਆਇਆ ਕਰਜ਼ੇ ਇਹਨਾਂ ਨੇ ਲਾਉਣੇ ਆ ਮਾਰੋ ਤਾੜੀਆਂ ਕਰੀ ਕੁਝ ਨਹੀਂ ਹੁੰਦਾ ਸਦਕੇ ਜਾਵਾਂ ਚੱਲ ਪਈ ਡਿਪਟੀ ਆ ਪਾ ਦੇ ਕਬੱਡੀ ਬੱਬਰ ਸ਼ੇਰਾ ਇੱਥੇ ਪਈ ਕਬੱਡੀ ਡਿਪਟੀ ਦੀ ਨਿਕਲ ਕੇ ਲਗਾ ਬਾਬਾ ਵਿਕਾਸ ਚੱਠਾ ਰੈਫਰੀ ਸਾਹਿਬ ਕਿਆ ਕਹਿੰਦੇ ਹਨ ਕਿ ਨੰਬਰ ਕਬੱਡਰ ਕਹਿ ਬਾਈ ਆਪ ਡਬਲ ਨਾ ਟੈਕਨੀਕਲ ਫਾਊਲ ਨਾ ਕਰੇ ਪ੍ਰੋਫੈਸਰ ਮੁਹੰਮਦ ਅਲੀ ਸਾਹਿਬ ਦਾ ਇਸ਼ਾਰਾ ਨੰਬਰ ਕਬੱਡਰ ਦਾ ਜ਼ਿੰਦਾਬਾਦ ਜੀ ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਫੈਸਲ ਬੱਟੂ ਖੇਡ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਕਹਿੰਦਾ ਮਿੱਟੀ ਅੱਗ ਤੇ ਪਾਣੀ ਚੋਪੇ ਨਾਲ ਹਵਾ ਕਹਾਣੀ ਚੋਪੇ ਤੇ ਤੇਰੇ ਨਾਲ ਸੀ ਪਹਿਲਾਂ ਪਾਉਂਦੀ ਹੁਣ ਇਹ ਜਿੰਦ ਨਮਾਣੀ ਚੋਪੇ ਜ਼ਫਰ ਚੀਨੀ ਧੱਕਣ ਜਾਪੀ ਹਾਏ ਨਹੀਂ ਬਣਿਆ ਕੰਮ ਮਾਰੀ ਜਦੋਂ ਛਾਲ ਲਾ ਕੇ ਜ਼ੋਰ ਪੱਟਾ ਨਾਲ ਅੱਖ ਦੇ ਚਮਕਣਾ ਕਮਾਲ ਜਿਹਾ ਹੋ ਗਿਆ ਫੈਸਲ ਬੱਟੂ ਅੱਖ ਦੇ ਚਮਕਣਾ ਕਮਾਲ ਕਰ ਗਿਆ ਕਬੱਡੀ ਪਾਉਂਦਾ ਪਿਆ ਸ਼ਹਿਰਾਮ ਸਾਜਿਦ ਭੁੱਟੋ ਅਗਲੀ ਕਬੱਡੀ ਦੇ ਉੱਤੇ ਕਰੀ ਫੇਰ ਅਗਲੇ ਬਾਰੇ ਵਾਸਤੇ ਮੁੰਡਾ ਬਿਲਕੁਲ ਤਿਆਰ ਬਰ ਤਿਆਰ ਅੱਗੇ ਚੌਹਾਂ ਜਾਫੀਆਂ ਦੀ ਘੁੰਮਦੀ ਪਈ ਚੇਨ ਵੱਧ ਤੋਂ ਵੱਧ ਤਰਨਟ ਜਾਫੀ ਜ਼ਿੰਦਾਬਾਦ ਜੀ ਉੱਧਰ ਨੰਬਰ ਦਾ ਇਜ਼ਾਫਾ ਭੁੱਟੋ ਨੇ ਪਾਕਿਸਤਾਨ ਦੀ ਕਬੱਡੀ ਦੇ ਵਿੱਚ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲਾ ਮੁੰਡਾ ਸ਼ਹਿਰਾਮ ਸਾਜਿਦ ਭੁੱਟੋ ਅਗਲੀ ਕਬੱਡੀ ਮੁਜ਼ੰਮਲ ਬੂਟੇ ਦੀ ਮੁਜ਼ੰਮਲ ਬੂਟੇ ਆਪਾਂ ਕਬੱਡੀ ਮੁੰਡਿਆ ਪਾਕਿਸਤਾਨ ਵਾਪਦਾ ਦੇ ਨਾਲ ਮੁੰਡੇ ਦਾ ਵਾਸਤਾ ਇੱਕ ਵਾਰੀ ਫਿਰ ਕਬੱਡੀ ਦੇ ਉੱਪਰ ਸਦਕੇ ਨੌਜਵਾਨਾਂ ਪਾ ਹਾਂ ਕਬੱਡੀ ਮੁੰਡਾ ਕਬੱਡੀ 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 ਕਰਦਾ ਹੋਇਆ ਗਿਆ ਜੀ ਹਮਲਾ ਕੀਤਾ ਖੱਬੇ ਕ੍ਰਾਸ ਤੋਂ ਵੈਸ ਜੱਟ ਨੇ ਰਾਹ ਮੱਲਿਆ ਹੈ ਬਾਂਹ ਫੜਨ ਵਾਲੀ ਗੱਲ ਕੀਤੀ ਪਰ ਕਹਿੰਦਾ ਤੇਰੇ ਹੱਥ ਵਿੱਚ ਬਾਂਹ ਕਿਵੇਂ ਦੇਵਾਂ ਭਾਈ ਲੱਜ ਮਾਰੇ ਮਾਪਿਆਂ ਦੀ ਲੱਜ ਮਾਰੇ ਮਾਪਿਆਂ ਦੀ ਲੱਜ ਮਾਰੇ ਮਾਪਿਆਂ ਦੀ ਸਦਕੇ ਜਾਵਾਂ ਮੁੰਡਿਆ ਪਾ ਹਾਂ ਕਬੱਡੀ ਅੱਗੋਂ ਗੱਲਾਂ ਕਰਨਗੇ ਤੁਹਾਡੇ ਨਾਲ ਮੁਹਤਰਮ ਪੀਰ ਤੈਯਬ ਸ਼ਾਹ ਗਿਲਾਨੀ ਸਾਹਿਬ ਜੀ ਚੱਲ ਜਵਾਨਾ ਪਾ ਕਬੱਡੀ ਛੋਟਾ ਜਿਹਾ ਨੌਜਵਾਨ ਜਵਾਨ ਆਏ ਹਾਏ 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 ਧੱਕਾ ਮਾਰਿਆ ਜੀ ਰਾਹ ਕਰਾ ਨਾ ਜਾਈਏ ਭਾਵੇਂ ਦੂਰ ਹੋਵੇ ਬੁੱਟਾ ਦੁੱਧ ਨਾ ਪੀਏ ਭਾਵੇਂ ਨੂਰ ਹੋਵੇ ਤੇ ਮੱਖੀਏ ਭਾਵੇਂ ਉਹਨਾਂ 'ਚ ਕਸੂਰ ਹੋਵੇ ਚੱਲ ਮਲਕ ਬਿਨੀਆਂ ਮੀਨ ਮਲਕ ਬਿਨੀਆਂ ਮੀਨ ਦੀ ਪਈ ਹੋਈ ਕਬੱਡੀ ਚਾਰ ਜਾਫੀਆਂ ਦੀ ਬਣੀ ਹੋਈ ਸੰਗੜੀ ਇੱਕ ਕੰਨੀ ਦੇ ਉੱਤੇ ਚੱਲ ਜੀਏ ਗੋਲਡਨ ਬਾਰਾ ਹੋਇਆ ਟੱਚ ਹਾਏ 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 ਪੁਆਇੰਟ ਪੁਆਇੰਟ ਇੱਕ ਵਾਰੀ ਫਿਰ ਹੋ ਗਿਆ ਮਲਕ ਬਿਨੀਆਮੀਨ ਦਾ ਜ਼ਫਰ ਚੀਨੀ ਲੱਗਾ ਸੀ ਪੁਆਇੰਟ ਪੋਜੀਸ਼ਨ ਕੀ ਹੈ ਜੀ 38 ਔਰ 25 ਦਾ ਮੁਕਾਬਲਾ ਜਨਾਬ
ਹਾਂਜੀ ਲਾਈਵ ਚੱਲ ਰਹੇ ਆ। ਚਲੋ ਜੀ ਹਾਫਜ਼ ਆਸਮ ਸਾਹਿਬ, ਚਲੋ ਜੀ ਪਾਓ ਕਬੱਡੀ, ਜੇ ਵੈਲ ਡਨ ਹਾਫਜ਼ ਆਸਮ ਦੀ ਪਈ ਹੋਈ ਕਬੱਡੀ ਆਏ ਜੀ ਜਾਂਦਾ ਜੀ। ਬਾਬਾ ਵਿਕਾਸ ਚੱਠਾ, ਬਾਬਾ ਵਿਕਾਸ ਚੱਠਾ ਤੇ ਹਾਫਜ਼ ਆਸਮ ਪਈ ਕਬੱਡੀ, ਗੱਲਾਂ ਕਰਦੀਆਂ ਸੌਖੀਆਂ ਤੇ ਔਖੇ ਪਾਲਣ ਬੋਲ, ਮੈਂ ਹਾਣਾ ਪਾਣੀ ਆ ਰੱਬ ਦਾ ਤੂੰ ਘੋੜੀ ਅਗਾਂ ਨੂੰ ਟੋਲ। ਪੁਆਇੰਟ ਹਾਫਜ਼ ਆਸਮ ਮੌਲੇ ਦਾ ਫੈਸਲ ਵੱਟੂ ਜੀ ਜਾਂਦਾ ਜੀ, ਫੈਸਲ ਵੱਟੂ ਦੀ ਪਈ ਹੋਈ ਕਬੱਡੀ ਬੜੀ ਤੇਜ਼ੀ ਨਾਲ ਨੌਜਵਾਨ ਖਿਡਾਰੀ ਨੇ ਖੁਸ਼ ਖਿੱਚੀ ਹੋਈ ਆ। ਲਾਲਾ ਸੈਫੁੱਲਾ ਕੰਬੋ, ਕੁੱਕੜ ਕਾਂ ਕੰਬੋ, ਕਬੀਲਾ ਪਾਲ ਦੇ ਬਹੁਤ ਹੀ ਖੂਬਸੂਰਤ ਜੱਫਾ ਲਾਇਆ ਇਸ ਮੈਚ ਦਾ ਦੂਸਰਾ ਤੀਸਰਾ ਜੱਫਾ ਲਾਇਆ ਲਾਲਾ ਸੈਫੁੱਲਾ ਨੇ। ਜੀ ਅਕਬਰ ਡਿਪਟੀ, ਮੁਹੰਮਦ ਅਕਬਰ ਡਿਪਟੀ, ਚੱਲ ਸ਼ਬਾਜ਼ ਅਲੀ ਬੰਦੇਸ਼ੇ ਦਾ ਸ਼ਗਿਰਦ ਦਾ SNGPL ਦਾ ਤਲਕਾ ਇਸ ਧਰਤੀ ਦੇ ਉੱਤੇ ਜਿੱਥੇ ਅੱਜ ਕਬੱਡੀ ਦਾ ਮੈਚ ਹੋ ਰਿਹਾ, ਇਸ ਧਰਤੀ ਦੇ ਉੱਤੇ ਕਬੱਡੀ ਦੇ ਵਾਸਤੇ ਬੜੀ ਜ਼ਰਖੇਜ਼ ਧਰਤੀ ਆ, ਜਿਹਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਨੇ ਇਸ ਧਰਤੀ ਦਾ ਨਾਮ ਰੋਸ਼ਨ ਕੀਤਾ। ਇਸ ਮੈਚ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ, ਚੱਲ ਇਮਰਾਨ ਵਾਲਾ ਔਰ ਪੁਆਇੰਟ ਇੱਕ ਵਾਰੀ ਫਿਰ ਅਕਬਰ ਡਿਪਟੀ ਦਾ। ਅਲੀ ਮਊ ਨੌਜਵਾਨ ਖਿਡਾਰੀ ਹੁੰਦੇ ਸੀ, ਜੋ ਵਾਲੀਆ ਵੀ ਕਹਿੰਦੇ ਸੀ, ਬਸ਼ੀਰ ਬਿਜਲੀ ਵੀ ਕਹਿੰਦੇ ਸੀ, ਬਸ਼ੀਰ ਡੋਗਰ ਬਹੁਤ ਤਕੜੇ ਖਿਲਾੜੀ ਹੋਏ, ਫਿਰ ਸਫ਼ਰ ਰੰਗੜ ਔਰ ਰਿਆਜ਼ ਪਤੋਕੀ ਵਾਲਾ ਜਿਹੜੇ ਐਸੇ ਨੇ DSP ਨੇ ਬੂਟਾ ਮਲੰਗ ਔਰ ਇਫਤਖਾਰ, ਇਹ ਐਸੇ ਸਰਵਰ ਸਾਹਿਬ ਪਲੇਅਰ ਹੋਏ ਆ ਜਿਨ੍ਹਾਂ ਨੇ ਦੁਨੀਆ ਕਬੱਡੀ ਦੇ ਵਿੱਚ ਧੁੱਗਾਂ ਮਚਾਈਆਂ। ਔਰ ਚੱਲ ਵੀ ਅੱਧੀ ਪਾਵਾ, ਵੇਖੋ ਲੱਗਦਾ ਜਾਂ ਕਮਰ ਫੱਟ ਨਾ ਟੱਚ ਹੁੰਦੀ ਆ, ਲੇਕਿਨ ਇਮਰਾਨ ਵਾਲੇ ਨੇ ਕਿਹਾ ਮੈਂ ਕਿਸਮਤ ਅਜ਼ਮਾਈ ਕਰਨੀ ਆ, ਇਹ ਬਹੁਤ ਹੀ ਤੇਜ਼ ਤਰੀਨ ਨੌਜਵਾਨ ਆ, ਤਾੜੀ ਮਾਰੋ ਵੀ ਇਹਦੇ ਵਾਸਤੇ। ਵੈਲ ਡਨ ਜਵਾਨਾ, ਵੈਲ ਡਨ। ਸ਼ਫੀਕ ਸ਼ਾਹਦ, ਇਹ ਵੀ ਪੱਤੋ ਕੀ ਦਾ ਬਈ, ਇਸ ਵੀ ਪਿੰਡ ਦਾ, ਤਾੜੀਆਂ ਵੇ ਤਾੜੀਆਂ ਬਿਲਕੁਲ। ਹਾਂ ਬਈ ਵੈਲ ਡਨ ਸ਼ਾਹਦ, ਬਿਲਕੁਲ ਇਸ ਵੀ ਪਿੰਡ ਦਾ ਬਹੁਤ ਹੀ ਤੇਜ਼ ਤਰੀਨ ਰੇਡਰ ਸੀ। ਚੱਲ ਮਲਕ ਬਿਨਿਆ ਮੀ, ਵੈਲ ਡਨ ਜੀ। ਪਾਕਿਸਤਾਨ ਦੇ ਵਿੱਚ ਕਬੱਡੀ ਦੇ ਮੈਦਾਨਾਂ 'ਚ ਇਸ ਵੇਲੇ ਚੜ੍ਹਦੀ ਕਲਾ, ਮੈਚ ਕਬੱਡੀ ਦਾ ਇਹ ਖਤਮ ਹੋ ਗਿਆ ਜੀ। ਸੂਈ ਪਾਕਿਸਤਾਨ ਬਾਰਡਰ।